ਭਾਈ ਜਾਨ ਕੀ ਹਾਲ ਚਾਲ ਹੈ? ਠੀਕ ਹੋ ਲਾਲਾ? ਸਭ ਖਰੀਅਤ ਹੈ? ਉਸਤਾ ਜੀ ਕੀ ਹਾਲ ਨੇ? ਠੀਕ ਹੋ ਭਾਈ ਜਾਨ? ਲੱਗੇ ਖਲਿਓ? ਚਲੋ ਅੱਲਾ ਖੈਰ ਕਰੇ। ਇਹ ਭਾਈ ਜਾਨ ਅਸਾਂ ਟਵੈਲ ਕਰਾਉਂਦੇ ਪਏ ਹਾਂ, ਇਹ ਬੋਰ ਹੋ ਰਹੇ ਹੈ। ਕੱਲ੍ਹ ਮਿਸਤਰੀ ਮਜ਼ਦੂਰ ਉਸਤਾਦ ਮੌਜੂਦ ਹਨ। ਇਹ ਪੈਪ ਅਤੇ ਫਿਲਟਰ ਹਨ ਜਿਹੜੇ ਫਿੱਟ ਕਰਕੇ ਪਹਿਲਾਂ ਮਿੱਟੀ ਦੇ ਵਿੱਚ ਰਹਿੰਦੇ ਪਏ ਨੇ। ਇਹ ਸਾਰਾ ਸਿਸਟਮ ਬਣਾਇਆ ਉਹਨੇ, ਬੜਾ ਵੀ ਆਈ ਪੀ ਕਿਸਮ ਦਾ ਚੈਨ ਕੁੱਪੀ ਦੇ ਨਾਲ ਦੇ ਪਏ, ਜਿਹੜਾ ਮਜ਼ੀਦ ਪੈਪ ਥੱਲੇ ਪੈਂਦਾ। ਇਹ ਫੀਟਰ ਵਗੈਰਾ ਲਾਏ ਹੋਏ ਨੇ ਜਿਹਦੇ ਨਾਲ ਇਹਨੂੰ ਬਾਹਰ ਜਾਂ ਬੋਰਿੰਗ ਸ਼ੋਰਿੰਗ ਕਰੇ ਨੇ। ਜੀ ਕੈਸਰ ਭਾਈ ਹੋਰਾਂ ਮੌਜੂਦ ਨੇ, ਕੋਈ ਰਕਬਾ ਕਿੱਦਾਂ ਨੇ ਉਹਦੇ ਨਾਲ ਫਿਟਿੰਗ ਸ਼ਿਟਿੰਗ ਬੋਰ ਕਰਾਉਂਦੇ ਪੈਣ ਅੱਲਾ ਪਾ। ਇਹ ਜੀ ਸੈਟਿੰਗ ਹੋ ਰਹੀ ਨੇ, ਮਜ਼ੀਦ ਪੈਂਪ ਇੱਥੇ ਫਿੱਟ ਕਲਵੇਂ ਬੋਰ ਦੇ ਨਾਲ ਨਹੀਂ ਬਣਦਾ ਪਈ ਆ, ਇਹਦੀ ਵਜ੍ਹਾ ਤੋਂ ਥੋੜ੍ਹੀ ਨੂੰ ਸਾਈਡ 'ਤੇ ਟੁਰ ਰਹੇ ਪੈਣ, ਉਸਤਾਦ ਲੱਗੇ ਹੋਏ ਨੇ। ਇਹ ਹੁਣ ਸੈਟਿੰਗ ਸਿੱਧੀ ਕਰੇ ਸਨ, ਬਾਅਦ 'ਤੇ ਪੈਂਪ ਆਪਣੀ ਜਾ ਕੇ ਚੈੱਕ ਕਰੋ ਨਾ ਜੀ, ਤਾਂ ਬਸ ਬਹੁਤ ਜ਼ਿਆਦਾ ਥੱਲੇ ਪਏ। ਮੈਨੂੰ ਲੱਗਦਾ ਹੀ ਨਹੀਂ ਹੈ ਬਈ ਇਹ ਜਿਹੜਾ ਸਰਾਇਕੀ ਖਲਾ ਇਸਨੂੰ ਵੀ ਸਾਡ ਗਿਆ। ਆ ਦਿਲ ਵੀ ਬੁਗਾ ਦੇ ਮੈਂ ਬੇਟਾ, ਹੈਂ ਅਤੇ ਕੋਰਾਂ ਦੇ ਮੈਨੂੰ ਲੱਗਦਾ ਤੀ ਤੈਨੂੰ ਵੀ ਸਾਠ ਚੋਣਾ ਨਾ ਸੱਟਾਂ ਕਹਿ ਰਹੇ ਯਾਰ ਲਗਾ ਮਾਂ ਦਾ ਕਤਰਾ ਪਾਣੀ ਹੈ ਥੱਲੇ। ਇਹ ਮਾਹੌਲ ਬਣਾਏ ਹੋਇਆ ਨੇ ਇਹਦੇ ਮੌਜੂਦ। ਜੀ ਸੈਟਿੰਗ ਰਹਿੰਦੇ ਪੈਣ ਜਾ ਲੱਗਿਆ ਉੱਤੇ ਮਜ਼ੀਦ, ਇਹ ਚੈੱਕ ਕਰ ਸਕਦੇ ਹੋ ਸਾਧ ਹੋਣ ਲੱਗੇ ਹੋਏ ਨੇ, ਕਿਉਂਕਿ ਇੱਦਾਂ ਆਪਸ ਵਿੱਚ ਸਹਿਜੀ ਸੈਟਿੰਗ ਲਾਈ ਹੋਣੀ ਪਈ ਅਤੇ ਤਲੂ ਜਿਹੜਾ ਪੈ ਪਾਈ ਉਹਦੀ ਵਜ੍ਹਾ ਤੋਂ ਇਹ ਹੁਣ ਉੱਥੇ ਚੂੜੀ ਚਾਟ ਪੈਂਦੀ। ਇਹਦੀ ਸੈਟਿੰਗ ਰਹਿੰਦੇ ਪੈਣ ਹੁਣ ਇਹ ਬਿਲਕੁਲ ਆਪਣੇ ਲੈਵਲ 'ਚ ਆ ਗਈ ਹੈ, ਬਿਲਕੁਲ ਸਾਧ ਹੋਣ ਸੈਟਿੰਗ ਕੀਤੀ ਹੈ। ਇਹਦੇ ਬਾਵਜੂਦ ਜਿਹੜੀ ਆਪਣੇ ਨਿਜ਼ਾਮ ਔਰ ਲੈਵਲ 'ਚ ਮੌਜੂਦ ਹੈ ਉਸਤਾਦ ਜੀ, ਅਸਾਂ ਇਮਦਾਦ ਕਰਾਂ। ਅੱਗ ਤਾਂ ਪਰਲੀ ਸਾਈਡ 'ਤੇ ਟੰਗ ਖੜ ਲੈਂਦੇ ਹਾਂ, ਲਵਾਓ ਯਾਰ ਉਸਤਾਦ ਨਾਲ ਹੱਥ ਲਵਾਓ ਯਾਰ ਉਸਤਾਦ, ਔਖਾ ਦਿੰਦਾ ਵੀ ਬੜੇ ਗੁਜ਼ਾਰਾ ਕਰੋ ਯਾਰ। ਇਹ ਉਸਤਾਦ ਚੜ੍ਹਦੇ ਯੂਟਿਊਬ ਚੈਨਲ 'ਤੇ ਪਈਆਂ ਨੇ, ਇਹ ਵੀ ਟੈਨਸ਼ਨ ਨਾ ਗਿਣਾਏ। ਉਸਤਾਦ ਨਾਲ ਇਮਦਾਦ ਕਰਾਓ ਯਾਰ ਕਰਾਓ। ਹੁਣ ਬਾਏ ਗਨ ਮਸ਼ੀਨ ਦੇ ਉੱਤੇ ਚੈੱਕ ਕਰਾਓ, ਇਹ ਮਸ਼ੀਨ ਹੈ ਬੜੀ ਵੀ ਆਈ ਪੀ ਮਾਹੌਲ ਦੀ। ਇਹ ਚੱਲ ਗਈ, ਇਹ ਦੇਖੋ ਭਾਅ ਇਹ ਚੱਲਦੀ ਪਈ ਹੈ, ਇਹ ਪੈਪ ਚੱਲੇਗੀ ਆ ਇਹ ਦੋ ਬੱਕਰੀਆਂ ਕਿਆ ਲਿਆ ਬੱਕਰੀਆਂ ਲਿਆ ਨੇ ਕਿਰੇ ਕੀਤੀ ਪੈਂਦੇ ਹੋ ਬਗੈਰ ਤੋਂ ਰਾਤ ਇੱਕ ਇੱਕ ਵੇਚੀ ਕਰੋ, ਖਰਚਾ ਬਣਦੇ ਨੇ ਟਿੱਕੀ ਟਾਫੀਆਂ। ਬੜਾ ਵੀ ਆਈ ਪੀ ਸੁਹਾਣਾ ਮਾਹੌਲ ਹੈ ਅਲਹਮਦੁਲਿਲਾ, ਬੜਾ ਵੀ ਆਈ ਪੀ ਨਿਜ਼ਾਮ ਮਾਹੌਲ ਬਣਾਈ ਪੈਣ।